ਗੁਰਮੇਲ ਸਿੰਘ। ਗੁਰਮੇਲ ਸਿੰਘ, ਜਿਹੜਾ ਹਾਦਸਾ ਹੋਇਆ ਕਿਸ ਤਰੀਕੇ ਨਾਲ ਹੋਇਆ ਜਾਣਕਾਰੀ ਦਿਓ ਜੀ। ਹਾਦਸਾ ਹੁਣ ਪਤਾ ਨਹੀਂ, ਮਗਰੋਂ ਟਰੱਕ ਨੇ ਅੱਗ ਮਾਰਿਆ ਸੀ ਅਤੇ ਘਰ ਬੈਠਾ ਸੀ ਮੈਂ, ਅਤੇ ਕੋਈ ਬੰਦੇ ਪਿੰਡ ਦੇ ਆਏ ਕਹਿੰਦੇ ਇੱਦਾਂ ਦਾ ਐਕਸੀਡੈਂਟ ਹੋ ਗਿਆ ਅਤੇ ਉੱਥੇ ਪਹੁੰਚੋ, ਅਤੇ ਉਹ ਆ ਕੇ ਦੇਖਿਆ ਜੀ ਮਸਲ ਜੀ ਪਿਆਰਾ ਪੂਰਾ ਹੋ ਗਿਆ ਨੇ, ਅਤੇ ਪਤਾ ਪਿਤਾ ਜੀ ਜਿਹੜੇ ਹੈਗੇ ਉਹਨਾਂ ਦੇ ਸੱਟ ਲੱਗ ਗਈ, ਉਹਨਾਂ ਸਰਕਾਰੀ ਹਸਪਤਾਲ ਲੈ ਗਏ ਨੇ, ਹੁਣ ਜਾ ਕੇ ਦੇਖਦੇ ਹਾਂ। ਇਹ ਕੁਛ ਪਤਾ ਲੱਗਾ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਟਰੱਕ ਸੀ, ਟਰੱਕ ਜਾ ਰਹੇ ਮਗਰੋਂ ਉਹਨਾਂ ਨੇ ਫੇਟ ਮਾਰੀ, ਉਹ ਟਰੱਕ ਦੇ ਪੈਰ ਥੱਲੇ ਪੈਰ ਫਿਰ ਆ ਗਿਆ ਵਾਪਸ ਕਰਾਂ ਜੀ, ਜੋ ਵੀ ਟ੍ਰੈਫਿਕ ਸਿਸਟਮ ਹੈਗਾ ਇਹਨਾਂ ਨੂੰ ਸਹੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਗੱਡੀਆਂ ਚਲਾਈ ਜਾਣ, ਇੱਕ ਟਰੈਕ ਦੇ ਵਿੱਚ ਸਿਰਫ ਇੱਕ ਗੱਡੀ ਜਾਵੇ, ਦੂਜੀ ਕ੍ਰੋਸ ਨਾ ਕਰੇ ਇੰਨੀ ਛੇਤੀ, ਅਤੇ ਇਹ ਮੰਗਾਂ ਕਰਦੇ ਆ। ਅਤੇ ਬਾਕੀ ਜਿਹੜੀ ਇੰਸ਼ੋਰੈਂਸ ਹੁੰਦੀ ਹੈ ਜੋ ਵੀ ਹੈਗਾ ਹੈ ਨਾ, ਜਿਹੜੀ ਆਮ ਪਬਲਿਕ ਚੱਲਣ ਦੀ ਸਕੂਟਰ ਮੋਟਰਸਾਈਕਲ ਉਹਨਾਂ ਦਾ ਬਚਾਅ ਕੀਤਾ ਜਾਵੇ, ਉਹਨਾਂ ਵਾਸਤੇ ਸਪੈਸ਼ਲ ਇੱਕ ਰਸਤਾ ਵੱਖਰਾ ਬਣਾਇਆ ਜਾਵੇ ਕਿ ਸਿਰਫ ਇੱਥੇ ਮੋਟਰਸਾਈਕਲ ਸਕੂਟਰ ਸਾਈਕਲ ਹੀ ਜਾ ਸਕਦੇ ਨੇ, ਦੂਜੀ ਗੱਡੀ ਨਹੀਂ ਜਾ ਸਕਦੀ। ਇਹਦੇ ਨਾਲ ਕਾਫੀ ਹਾਦਸਿਆਂ ਦਾ ਜਿਹੜਾ ਹੈਗਾ ਸਾਨੂੰ ਫਰਕ ਪਏਗਾ, ਬਹੁਤ ਦੁੱਖ ਲੱਗਣ ਡਿਆ ਹੋਣ ਡਿਆ ਮਹਿਸੂਸ ਨੂੰ। ਹਾਂਜੀ, ਮੈਂ ਡਾਕਟਰ ਹਰਸ਼ਪ੍ਰੀਤ ਕੌਰ, ਮੈਡੀਕਲ ਆਫਿਸਰ ਸਿਵਲ ਹਾਸਪਿਟਲ ਬਿਲਕੁਲ, ਅੱਜ ਮੇਰੀ ਐਮਰਜੈਂਸੀ ਡਿਊਟੀ ਹੈਗੀ ਹੈ ਇੱਥੇ। ਜਿਹੜਾ ਪੇਸ਼ੈਂਟ ਆਇਆ ਜੀ ਐਕਸੀਡੈਂਟ ਕੇਸ ਦੇ ਬਾਰੇ ਕੀ ਜਾਣਕਾਰੀ ਹੈ ਜੀ? ਹਾਂਜੀ, ਇੱਕ ਪੇਸ਼ੈਂਟ ਇੱਥੇ, ਇੱਕ ਦੋ ਪੇਸ਼ੈਂਟ ਆਏ, ਇੱਕ ਮਤਲਬ ਕਿ ਬਰੋਡ ਡੈਡ ਸੀ, ਦੂਜਾ ਸੂਰਤ ਸਿੰਘ ਆਇਆ ਸੀ, ਸੰਨਾ ਪ੍ਰਿਹਾਨ ਸਿੰਘ, ਅਤੇ ਉਹਨਾਂ ਦੀ ਹੈਡ ਸਿਰ 'ਤੇ ਸੱਟ ਲੱਗੀ ਹੈਗੀ ਸੀ, ਅਸੀਂ ਡਾਕਟਰ ਸੋਨਮ ਨੂੰ ਵੀ ਦਿਖਾਇਆ ਸੀ ਉਹ ਪੇਸ਼ੈਂਟ 'ਤੇ, ਸਟਿਚਸ ਵਗੈਰਾ ਲੱਗੇ ਸੀ, ਪੇਸ਼ੈਂਟ ਵੈਸੇ ਸਟੇਬਲ ਹੈਗਾ, ਅਤੇ ਅਸੀਂ ਉਹਦੀ ਸੀ ਟੀ ਸਕੈਨ ਕਰਾਉਣ ਲਈ ਫਰਦਰ ਕਿਹਾ ਕਿ ਮਤਲਬ ਕਿ ਫਰਦਰ ਉਹਨੂੰ ਕੇਸ ਦੀ ਪ੍ਰੋਬਲਮ ਦਾ ਚੈੱਕਅਪ ਕਰਾਵਾਂਗੇ। ਅਸੀਂ ਪੇਸ਼ੈਂਟ ਠੀਕ ਹੈ। ਸਾਨੂੰ ਹੁਣੇ ਸਰ ਪਤਾ ਲੱਗਾ ਸੀਗਾ ਕਿ ਮੌਕੇ 'ਤੇ ਪਹੁੰਚ ਕੇ ਇੱਕ ਬੰਦੇ ਨੂੰ ਅਸੀਂ ਜਿਹੜਾ ਜਿੰਦਾ ਸੀਗਾ ਸਹਿਕਦਾ ਸੀ ਉਹਨੂੰ ਅਸੀਂ ਸਿਵਲ ਹੋਸਪਿਟਲ ਦੂਜੇ ਪਹੁੰਚਾਤਾ, ਅਤੇ ਇੱਕ ਦੀ ਡੈੱਡ ਬੋਡੀ ਆਪਣੇ ਕੋਲ ਇੱਥੇ ਪਈ ਸੀ, ਉਹਨੂੰ ਆਪਾਂ ਐਂਬੂਲੈਂਸ ਵਿੱਚ ਪਵਾ ਕੇ ਉਹ ਵੀ ਸਿਵਲ ਹੋਸਪਿਟਲ। ਪਤਾ ਲੱਗਾ ਉਹ ਬੰਦੇ ਕਿੱਥੇ ਦੇ ਸੀ? ਇਹ ਉਹ ਸਰ ਮਨਸੂਰਪੁਰ ਦਾ ਸੀ ਬੰਦਾ। ਠੀਕ ਹੈ, ਕਾਹਦੇ ਨਾਲ ਹੋਇਆ ਐਕਸੀਡੈਂਟ ਇਹਨਾਂ ਦਾ? ਇਹ ਟਰੱਕ ਦੇ ਨਾਲ ਹੋਇਆ ਜੀ, ਕੋਈ ਕੰਮ ਵਾਲਾ ਡਰੱਗ ਸੀ ਉਹਦੇ ਨਾਲ। ਅਤੇ ਟਰੱਕ ਵਾਲਾ ਜਿਹੜਾ ਉਹ ਗ੍ਰਸਤ ਲੈ ਲਿਆ ਗਿਆ ਜੀ? ਹਾਂਜੀ ਹਾਂਜੀ, ਡਰੱਗ ਡਰੱਗਸ ਲੈ ਲਿਆ ਗਿਆ, ਆਪਾਂ ਮਿੰਟ ਹੁਣ ਅਗਲੀ ਕਾਰਵਾਈ 'ਤੇ ਉਹਦੇ ਖਿਲਾਫ਼ ਕਰਾਂਗੇ। ਕੀ ਤੁਸੀਂ ਕਨਫਿਊਜ਼ ਹੋ ਆਇਲਸ ਅਤੇ ਪੀਟੀ ਦੀ ਅੱਛੀ ਕੋਚਿੰਗ ਨੂੰ ਲੈ ਕੇ? ਆਇਲਸ ਸਪੀਕਿੰਗ ਟੈਸਟ ਦੇ ਬਾਰੇ ਸੋਚ ਕੇ ਤੁਹਾਡੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ, ਤੁਹਾਨੂੰ ਸਮਝ ਨਹੀਂ ਆਉਂਦਾ ਕਿ ਆਖਿਰ ਗ੍ਰਮੈਟੀਕਲ ਰੇਂਜ 'ਚ ਐਕੂਰੇਸੀ ਹੈ ਕੀ, ਔਰ ਇਹ ਲੈਕਸੀਕਲ ਰਿਸੋਰਸ ਨੂੰ ਕਿਵੇਂ ਹੈਂਡਲ ਕਰਨਾ। ਵੈਲ, ਹੁਣ ਸਟ੍ਰੈਸ ਲੈਣ ਦੀ ਲੋੜ ਨਹੀਂ, ਆਇਲਸ ਕੋਈ ਰੋਕੇਟ ਸਾਇੰਸ ਨਹੀਂ ਹੈ। ਥੋੜ੍ਹੀ ਜਿਹੀ ਗਾਈਡੈਂਸ ਅਤੇ ਪ੍ਰੈਕਟਿਸ ਦੇ ਨਾਲ ਤੁਸੀਂ ਆਪਣਾ ਫੇਵਰੇਟ ਟਾਰਗੇਟ ਬੈਂਡ ਸਕੋਰ ਹਾਸਿਲ ਕਰ ਸਕਦੇ ਹੋ। ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਵਿਜ਼ਨ ਅਪਗ੍ਰੇਡ, ਅਸੀਂ ਨਾ ਸਿਰਫ ਤੁਹਾਡੀ ਹੈਲਪ ਕਰਾਂਗੇ ਆਇਲਸ ਅਤੇ ਪੀਟੀ ਦੇ ਵਿੱਚ ਇੱਕ ਵਧੀਆ ਜਿਹਾ ਬੈਂਡ ਸਕੋਰ ਲੈਣ ਦੇ ਲਈ, ਬਲਕਿ ਸਾਡੀ ਐਕਸਪਰਟ ਟੀਮ ਤੁਹਾਨੂੰ ਗਾਈਡ ਕਰੇਗੀ ਵਿਦੇਸ਼ ਵਿੱਚ ਜਾ ਕੇ ਇੱਕ ਚੰਗੇ ਜਿਹੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ। ਤੁਸੀਂ ਸਾਨੂੰ ਸਕਰੀਨ 'ਤੇ ਦਿੱਤੇ ਹੋਏ ਡਿਫਰੈਂਟ ਨੰਬਰਸ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ www.visionupgraded.in।